ਭਾਰਤੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ ਸਿੱਖੀ ਸਰੂਪ ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਮਾਮਲਾ ਭਾਰਤੀ ਸਿੰਘ ਦੇ ਖਿਲਾਫ ਸਖਤ ਕਾਰਵਾਈ ਕਰੇਗੀ ਸ਼੍ਰੋਮਣੀ ਕਮੇਟੀ ਸਿੱਖੀ ਸਰੂਪ ਦਾ ਮਜ਼ਾਕ ਉਡਾਉਣ ਵਾਲੀ ਕਾਮੇਡੀਅਨ ਭਾਰਤੀ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ ਦਾੜੀ ਤੇ ਮੁੱਛ ਦੇ ਉੱਪਰ ਵਿਅੰਗ ਕਰਨ ਵਾਲੀ ਭਾਰਤੀ ਸਿੰਘ ਦੇ ਖਿਲਾਫ ਸ਼੍ਰੋਮਣੀ ਕਮੇਟੀ ਨੇ ਸਖਤ ਐਕਸ਼ਨ ਲੈਂਦਿਆਂ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ ਸ਼੍ਰੋਮਣੀ ਕਮੇਟੀ ਨੇ ਇੱਕ ਵੀਡੀਓ ਜਾਰੀ ਕਰਕੇ ਭਾਰਤੀ ਸਿੰਘ ਖਿਲਾਫ ਪਰਚਾ ਦਰਜ ਕਰਨ ਦੀ ਗੱਲ ਆਖੀ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਸਿੰਘ ਨੇ ਇੱਕ ਟੀਵੀ ਸ਼ੋਅ ਦੌਰਾਨ ਕਿਹਾ ਸੀ ਕਿ ਦਾੜੀ ਅਤੇ ਮੁੱਛਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ ਦੁੱਧ ਪੀਣ ਦੇ ਬਾਅਦ ਦਾੜੀ ਨੂੰ ਮੂੰਹ ਦੇ ਵਿੱਚ ਪਾਓ ਤਾਂ ਸੇਵੀਆਂ ਦਾ ਟੇਸਟ ਆਉਂਦਾ ਹੈ ਇਸ ਤੋਂ ਬਾਅਦ ਵੀ ਉਹ ਨਹੀਂ ਰੁਕੀ ਉਸਨੇ ਕਿਹਾ ਕਿ ਉਸਦੀਆਂ ਕਈ ਸਹੇਲੀਆਂ ਦੇ ਵਿਆਹ ਹੋ ਚੁੱਕੇ ਨੇ ਤੇ ਉਹ ਹੁਣ ਦਾੜੀ ਅਤੇ ਮੁੱਛਾਂ ਵਿੱਚੋਂ ਜੂਆਂ ਹਟਾਉਣ ਦੇ ਵਿੱਚ ਰੁੱਝੀਆਂ ਰਹਿੰਦੀਆਂ ਨੇ ਇਹਨਾਂ ਵਿਵਾਦਿਤ ਟਿੱਪਣੀਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਭਾਰਤੀ ਸਿੰਘ ਨੂੰ ਲੋਕ ਖਰੀਆਂ ਖਰੀਆਂ ਸੁਣਾ ਰਹੇ ਨੇ ਇਸ ਕਾਰਨ ਸਿੱਖ ਜਥੇਬੰਦੀਆਂ ਨੇ ਭਾਰਤੀ ਸਿੰਘ ਦੇ ਖਿਲਾਫ ਮੋਰਚਾ ਖੋਲ੍ਹਣ ਦਾ ਵੀ ਐਲਾਨ ਕਰ ਦਿੱਤਾ ਹੈ ਉੱਥੇ ਸੋਸ਼ਲ ਮੀਡੀਆ ਤੇ ਵੀ ਭਾਰਤੀ ਸਿੰਘ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਖੁਦ ਅੰਮ੍ਰਿਤਸਰ ਦੇ ਵਿੱਚ ਜੰਮੀ ਪਲੀ ਹੈ ਤੇ ਅਜਿਹਾ ਕਹਿਣਾ ਉਸ ਨੂੰ ਸ਼ੋਭਾ ਨਹੀਂ ਦਿੰਦਾ ਇਸ ਤੋਂ ਪਹਿਲਾਂ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਭਾਰਤੀ ਸਿੰਘ ਦੇ ਇਸ ਬਿਆਨ ਤੇ ਠੋਕਵਾਂ ਜਵਾਬ ਦਿੰਦੇ ਹੋਏ ਆਪਣੇ ਲਾਈਵ ਸ਼ੋਅ ਦੌਰਾਨ ਭਾਰਤੀ ਸਿੰਘ ਨੂੰ ਖਰੀਆਂ ਖਰੀਆਂ ਸੁਣਾਈਆਂ ਪਿਛਲੇ ਦਿਨੀ ਭਾਰਤੀ ਸਿੰਘ ਨਾਂ ਦੀ ਇੱਕ ਹਾਸਰਸ ਕਲਾਕਾਰ ਵੱਲੋਂ ਸਿੱਖੀ ਸਰੂਪ ਦੇ ਬਾਰੇ ਬਹੁਤ ਭੱਤੀਆਂ ਤੇ ਕੋਝੀਆਂ ਟਿੱਪਣੀਆਂ ਕੀਤੀਆਂ ਗਈਆਂ ਅਸੀਂ ਇਹ ਸਮਝਦੇ ਹਾਂ ਕਿ ਇਸ ਪੰਜਾਬ ਦੀ ਰਹਿਣ ਵਾਲੀ ਹੈ ਤੇ ਖਾਸ ਤੌਰ ਤੇ ਜਾਣਕਾਰੀ ਮਿਲੀ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੀ ਉਹ ਜੰਪਲ ਹੈ ਤੇ ਉਸ ਦੇ ਵੱਲੋਂ ਦਾੜੀ ਕੇਸ ਜਿਹੜਾ ਕਿ ਸਿੱਖੀ ਸਰੂਪ ਹੈ ਜਿਹੜਾ ਕਿ ਸਨਮਾਨਿਤ ਸਿੱਖੀ ਸਰੂਪ ਹੈ ਗੁਰੂ ਸਾਹਿਬ ਦੀ ਬਖਸ਼ੀ ਜਿਹੜੀ ਕਿਤੇ ਦਾਤ ਹੈ ਉਹਨਾਂ ਦੇ ਬਾਰੇ ਚ ਉਹ ਭੱਤੀਆਂ ਟਿੱਪਣੀਆਂ ਕਰ ਰਹੀ ਹੈ ਜਿੱਥੇ ਚੂਆਂ ਪੈਣ ਦੀ ਗੱਲ ਜਾਂ ਸੇਵੀਆਂ ਦਾ ਸਵਾਦ ਲੈਣ ਦੀ ਗੱਲ ਕਰ ਰਹੀ ਹੈ ਉੱਥੇ ਇਹ ਗੱਲ ਸਾਡੇ ਸਮਝ ਵਿੱਚ ਆ ਰਹੀ ਹੈ ਕਿ ਉਹ ਜਾਣ ਬੁੱਝ ਕੇ ਕਰ ਰਹੀ ਹੈ ਜਿਹੜਾ ਜਿਹਦੇ ਨਾਲ ਸਿੱਖੀ ਭਾਵਨਾ ਤੇ ਬਹੁਤ ਵੱਡੀ ਠੇਸ ਪਹੁੰਚੀ ਹੈ ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਬਾਰੇ ਬਹੁਤ ਸਖ਼ਤ ਜਿਹੜਾ ਇਤਰਾਜ਼ ਜਤਾਇਆ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਦੇ ਹੁਕਮਾਂ ਤਹਿਤ ਅੱਜ ਭਾਰਤੀ ਦੇ ਖਿਲਾਫ਼ ਅੰਮ੍ਰਿਤਸਰ ਵਿਖੇ ਜਿਹੜਾ ਕਿ ਇੱਕ ਰੋਸ ਪੱਤਰ ਦਿੱਤਾ ਜਾ ਰਿਹਾ ਸ਼ਿਕਾਇਤ ਪੱਤਰ ਦਿੱਤਾ ਜਾ ਰਿਹਾ ਤਾਂ ਕਿ ਉਸ ਦੀ ਇਹ ਘਿਨਾਉਣੀ ਕਾਰਵਾਈ ਦੇ ਖਿਲਾਫ਼ ਸਖ਼ਤ ਸਜ਼ਾਵਾਂ ਲਾ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਇਹ ਜਿਹੜੀ ਉਹਦੀ ਕਾਰਵਾਈ ਆ ਇਸ ਤੇ ਜਿਹੜੀ ਆ ਸਖ਼ਤ ਕਾਰਵਾਈ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਉਹਦੇ ਖਿਲਾਫ਼ ਇਹ ਸ਼ਿਕਾਇਤ ਪੱਤਰ ਦਰਜ ਕਰਵਾ ਕੇ ਉਹਦੇ ਖਿਲਾਫ਼ ਪਰਚਾ ਦਰਜ ਕਰਾਉਣ ਦੀ ਮੰਗ ਕੀਤੀ ਜਾਵੇਗੀ ਬਿਊਰੋ ਰਿਪੋਰਟ ਸਾਂਝ ਟੀਵੀ ਮਰਦਾਨਾ ਕਮਜ਼ੋਰੀ ਦੂਰ ਕਰਨ ਦੇ ਮਾਹਿਰ ਤਾਕਤ ਜੋਸ਼ ਅਤੇ ਜਵਾਨੀ ਦੀ ਆਖਰੀ ਉਮੀਦ ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ ਅਨੇਕ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਹੋ ਨਿਰਾਸ਼ ਹੋ ਚੁੱਕੇ ਹੋ ਪਰੇਸ਼ਾਨ ਰੋਗੀ ਅੱਜ ਹੀ ਸੰਪਰਕ ਕਰਨ ਉਮਰ ਹੋਵੇ 25 ਜਾਂ 80 ਹੁਣ ਹੋਵੇਗਾ ਪੱਕਾ ਇਲਾਜ ਦਰ ਦਰ ਨਾ ਭਟਕੋ ਕਾਂਤ ਸ਼ਿਗਰ ਪਤਨ ਘੱਟ ਸ਼ਕਰਾਣੂ ਸੁਪਨ ਦੋਸ਼ ਨਾ ਮਰਦੀ ਮਰਦਾਨਾ ਕਮਜ਼ੋਰੀ ਇੱਕ ਵਾਰ ਜ਼ਰੂਰ ਅਜ਼ਮਾਓ ਮੈਂ ਵਾਅਦਾ ਕਰਦਾ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ ਵਰਮਾ ਦਵਾਖਾਨਾ ਨੀਅਰ ਨਾਈਆਂ ਵਾਲਾ ਚੌਂਕ ਫਗਵਾੜਾ ਮੋਬਾਈਲ ਨੰਬਰ 9850 6476 98144 6476